1925 का एक्ट तोड़न जेड़े भी जतन करनगे सिखां ने कदे मंजूर नहीं करना। दूसरा साडा एक महान रोस दिवस जेड़ा अंबाले तो तुरिया आ हुण भी तुसी देख रहे हैं कि पिछे आ गोल्डन गेट तो पिछे जेड़ा रास्ता आउंदा उत्थे बैरियर ला दिते गए, संगत पिछे बहुत वड्डी तादाद दे विच बैठी है। वो भी भावें साडे नालों वाख आ पर सिधांतक तौर पर श्रोमणी अकाली दल अमृतसर ने भी दल खालसा ने भी मैं दादू बाल साहब नूं बेनती करदा उत्थे कोई होर सैक्ट करदा सी सेवा। दादरी दा गुरु दे सिख अज भी 11 उत्थे श्रोमणी गुरुद्वारा प्रबंधक कमेटी दे चुने हुए मैंबर आ। असीं चाहुंदे भी नहीं टकरा करिए पर तुसीं इक कह लो भी हरियाणे दे विच इक प्रधान दो प्रधान तीन ते चौथा एक कोर्ट च चले गया लीरो लीर करनगे सिख ने अकाल तख्त ते आउंदा अपनी तुखड़ा लैके जो हुण अकाल तख्त दी बजाए उत्थे खट्टर साहब झाड़े मकाउणगे। इह सिख दा कदे भी कंसैप्ट कदे सिधांत नहीं रहा। SGPC दा वड्डा काफला अमृतसर दाखल हो चुका है। दस्सिए कि जो काफला है तीन भागां च जो अमृतसर दाखल होना सी अमृतसर दाखल होने तो बाद अकाल तख्त साहब समूहिक अरदास होनी है। लाइव तस्वीरां दे विच देख सकते हो कि किस तरीके दे नाल श्रोमणी गुरुद्वारा प्रबंधक कमेटी ते नाल श्रोमणी अकाली दल दे जो उगे लीडर ते आगू नजर आ रहे ने। दस दिए कि जो काफला तुरिया अंबाला श्री दमदमा साहिब ते होर श्री आनंदपुर साहिब तो हुंदा होया ਇਹ ਜੋ ਤਿੰਨ ਕਾਫਲੇ ਨੇ ਅੰਮ੍ਰਿਤਸਰ ਦਾ ਪਹਿਲਾ ਜਿਹੜਾ ਕਾਫਲਾ ਪਹੁੰਚਿਆ ਜਿੱਥੇ ਕਿ ਅਗਵਾਈ ਕਰਦੇ ਸੀ ਹਰਜਿੰਦਰ ਸਿੰਘ ਧਾਮੀ ਹੋਰੀ ਔਰ ਦੇਖ ਸਕਦੇ ਹੋ ਕਿ ਨਾਲ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਚੀਮਾ ਸਾਹਿਬ ਵੀ ਨਜ਼ਰ ਆ ਰਹੇ ਨੇ ਔਰ ਇਹ ਜੋ ਵਿਸ਼ਾਲ ਰੋਸ ਮਾਰਚ ਕੱਢਿਆ ਜਾ ਰਿਹਾ ਇੱਕ ਵੱਡੀਆਂ ਤਖਤੀਆਂ ਵੱਡੀਆਂ ਬੈਨਰ ਵੱਡੇ ਪੋਸਟਰ ਨਾਲ ਲਾਏ ਹੋਏ ਨੇ ਜਿਸ ਦੇ ਵਿੱਚ ਨਜ਼ਰ ਆ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀਆਂ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਦੇ ਖਿਲਾਫ ਵਿਸ਼ਾਲ ਰੋਸ ਮਾਰਚ। ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਜੋ ਕਾਫਲਾ ਨਜ਼ਰ ਆ ਰਿਹਾ ਇੱਕ ਪਾਸੇ ਤੁਹਾਨੂੰ ਤਸਵੀਰਾਂ ਦਿਖਾ ਦਿਆਂ ਤੇ ਦੂਸਰੇ ਪਾਸੇ ਜੇ ਗੱਲ ਕਰਾਂ ਤਾਂ ਇੱਕ ਵੱਡਾ ਪੰਡਾਲ ਵੀ ਸਜਿਆ ਹੋਇਆ ਗੋਲਡਨ ਗੇਟ ਦੇ ਉੱਪਰ ਔਰ ਲਾਈਵ ਤਸਵੀਰਾਂ ਦੇ ਵਿੱਚ ਇਸ ਵੇਲੇ ਦੇਖ ਰਹੇ ਹੋ ਕਿ ਗੱਡੀ ਤੇ ਕੇਸਰੀ ਝੰਡੀਆਂ ਤੇ ਕਾਲੀਆਂ ਝੰਡੀਆਂ ਲਾ ਕੇ ਗੱਡੀਆਂ ਤੇ ਸਵਾਰ ਜੋ ਕਾਫਲਾ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਏਗਾ। ਨਤਮਸਤਕ ਹੋਣ ਤੋਂ ਬਾਅਦ ਸਮੂਹਿਕ ਅਰਦਾਸ ਕੀਤੀ ਜਾਏਗੀ ਤੇ ਬਾਕੀ ਨਾਲ ਨਾਲ ਪ੍ਰੇਮ ਸਿੰਘ ਚੰਦੂ ਮਾਜਰਾ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਇੱਕ ਪਾਸੇ ਦੇਖ ਸਕਦੇ ਹੋ ਕਿ ਵੱਡਾ ਜੋ ਕਾਫਲਾ ਨਜ਼ਰ ਆ ਰਿਹਾ ਜਿੱਥੇ ਕਿ ਸਾਰੇ ਸ਼੍ਰੋਮਣੀ ਅਕਾਲੀ ਦਲ ਤੇ ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੇ ਜੋ ਲੀਡਰ ਤੇ ਆਗੂ ਨੇ ਨਜ਼ਰ ਆ ਰਹੇ ਨੇ। ਮੈਂ ਬੇਨਤੀ ਕਰਦਾ ਅੰਮ੍ਰਿਤਸਰ ਵਾਸੀਆਂ ਨੂੰ ਮੈਂ ਦੋ ਨਾਰੇ ਲਾਉਣਾ ਆਪੇ ਚੱਲੂਗਾ। ਵੱਡਾ ਕਾਫਲਾ ਅੰਮ੍ਰਿਤਸਰ ਗੋਲਡਨ ਗੇਟ ਪਹੁੰਚ ਚੁੱਕਿਆ ਔਰ ਸ੍ਰੀ ਅਕਾਲ ਤਖ਼ਤ ਸਾਹਿਬ ਜੋ ਸਮੂਹਿਕ ਅਰਦਾਸ ਹੋਣੀ ਉਸ ਨੂੰ ਵੀ ਇੱਕ ਵੱਡਾ ਹੁੰਗਾਰਾ ਮਿਲਿਆ ਕਿਉਂਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਸੁਪਰੀਮ ਕੋਰਟ ਵੱਲ ਆਰਡਰ ਆਇਆ ਸੀ ਕਿ ਹਰਿਆਣੇ ਦੇ ਜੋ ਗੁਰਦੁਆਰਾ ਸਾਹਿਬ ਨੇ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖੇਗੀ। ਇਸ ਤੇ ਚੱਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਰੋਸ ਵਿਸ਼ਾਲ ਰੋਸ ਨਿਕਲਿਆ ਤੇ ਅੰਮ੍ਰਿਤਸਰ ਦਾਖਲ ਹੋਇਆ। ਸਾਹਿਬ ਨਾਲ ਗੱਲ ਕਰਦੇ ਹਾਂ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਵਿੱਚੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਉਹਦੇ ਰੋਸ ਵਜੋਂ ਅੱਜ ਸਵੇਰੇ ਅੰਮ੍ਰਿਤ ਵੇਲੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਹੁਣੀ ਇਹ ਆਪਾਂ ਸਾਰਾ ਕਾਫਲਾ ਅੱਜ ਅੰਮ੍ਰਿਤ ਵੇਲੇ ਤੁਰਿਆ ਔਰ ਮੈਨੂੰ ਇਸ ਗੱਲ ਦੀ ਵੀ ਤਸੱਲੀ ਆ ਕਿ ਜਿਉਂ ਆਨੰਦਪੁਰ ਸਾਹਿਬ ਤੋਂ ਤੁਰੇ ਹਾਂ ਉੱਥੋਂ 90 ਗੱਡੀਆਂ ਸਾਡੇ ਨਾਲ
लगभग 50 बसा उतो काफला तुरिया सी। उस तो बाद पोजेवाल, उस तो बाद गढ़ शंकर तो नवा शहर तो फिर बंगे तो फगवाड़ा, फगवाड़े तो जलंधर तो करतारपुर साहब, फिर सुभानपुर, ब्यास, उस तो बाद अजनाले आके जंडियाले। बहुत बड़ी पद्धर ते जिन्ना उत्साह अज मैं समझदा गुरु पंथ ने, गुरु खालसे ने दिखा लिया, एदे नाल साडे हौसले होर बुलंद होए आ। और मैं सेंटर सरकार नू भी ये मंग करदा ते ताड़ना भी करदा कि अज लोकां ने सड़कां ते आके इस गल दा विद्रोह जिहड़ा आ ओह दर्ज करवाया कि श्रोमणी गुरुद्वारा प्रबंधक कमेटी का 1925 का एक्ट तोड़न नू जिहड़े भी जतन करनगे सिखां ने कदे मंजूर नहीं करना। दूसरा साडा एक महान रोस दिवस जिहड़ा अंबाले तो तुरिया आ, आ हुण भी तुसीं देख रहे आ कि पिछे आ गोल्डन गेट तो पिछे जिहड़ा रास्ता आउंदा उत्थे बैरियर ला दित्ते गए, संगत पिछे बहुत वड्डी तादाद दे विच बैठी आ। और उहदे नाल दमदमा साहब तों भी एक बहुत वड्डा जिहड़ा काफला ਉਹ ਵੀ ਅੱਜ ਆ ਰਿਹਾ। ਇੱਕ ਆਪਾਂ ਬਿਆਨ ਦੇਣ ਦੀ ਖਾਤਰ ਬਿਆਨ ਦੇ ਦਈਦਾ, ਪਰ ਅੱਜ ਮੀਡੀਆ ਵੀ ਦੇਖ ਰਿਹਾ। ਅੱਜ ਮੀਡੀਆ ਨੇ ਸਾਡੇ ਤੋਂ ਅੰਮ੍ਰਿਤ ਸਵੇਰੇ ਵੇ ਤੁਰੇ ਨਾਲ ਜਿਸ ਹਿਸਾਬ ਦੇ ਨਾਲ ਸਿੱਖ ਸਕਤਾਂ ਨੇ ਆਪਣਾ ਰੋਸ ਦਰਜ ਕਰਾਇਆ, ਇਹ ਮੈਂ ਸਮਝਦਾ ਇੱਕ ਵਿਲੱਖਣ ਸੀ। ਸੋ ਗੁਰੂ ਸਾਹਿਬ ਕਿਰਪਾ ਕਰਨ, ਅਸੀਂ ਡੈਮੋਕ੍ਰੈਟਿਕ ਨੋਰਮ ਦੇ ਵਿੱਚ ਆਪਣਾ ਇਹ ਵਿਰੋਧ ਜਿਹੜਾ ਸੀ ਵਿਦਰੋਹ ਦੇ ਤੌਰ ਤੇ ਨਹੀਂ ਵਿਰੋਧ ਦੇ ਤੌਰ ਦੇ ਉੱਤੇ ਦਰਜ ਕਰਾਇਆ। ਅੱਜ ਮੈਂ ਸਮਝਦਾ ਭਈ ਇਹ ਸਰਕਾਰਾਂ ਨੂੰ ਤੁਸੀਂ ਮੀਡੀਆ ਵਾਲੇ ਜ਼ਿਆਦਾ ਦੱਸ ਸਕਦੇ ਆ, ਇਹਨਾਂ ਦੀ ਖੁਫੀਆ ਵਿਭਾਗ ਹੁਣ ਤੁਸੀਂ ਦੱਸ ਸਕਦੇ ਆ ਕਿ ਸਿੱਖਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੋਰ ਤਾਂ ਸਿੱਖ ਸਾਰਾ ਕੁਝ ਬਰਦਾਸ਼ਤ ਕਰ ਲਓ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ 'ਚ ਕਦੇ ਜਿਹੜਾ ਸਿੱਖ ਆ ਉਹ ਅਸੈਪਟ ਨਹੀਂ ਕਰੂਗਾ। ਅੱਜ ਦੂਸਰੀ ਬੇਨਤੀ ਹੋਰ ਵੀ ਕਰਦੇ ਆ ਕਿ ਦੂਸਰੀਆਂ ਜਥੇਬੰਦੀਆਂ ਉਹ ਵੀ ਭਾਵੇਂ ਸਾਡੇ ਨਾਲੋਂ ਵੱਖ ਆ, ਪਰ ਸਿਧਾਂਤਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ, ਦਲ ਖਾਲਸਾ ਨੇ ਵੀ, ਸੰਤ ਸਮਾਜ ਨੇ ਵੀ ਇਸ ਗੱਲ ਦੀ ਜ਼ੋਰ ਨਿੰਦਾ ਕੀਤੀ ਆ। ਔਰ ਇਸ ਗੱਲ ਨੂੰ ਕਦੇ ਵੀ ਅਸੈਪਟ ਨਹੀਂ ਕਰਨਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਟੋਟੇ ਟੋਟੇ ਕੀਤਾ ਜਾਵੇ। ਅਗਲੀ ਰਣਨੀਤੀ ਅਸੀਂ ਹੁਣ ਬਾਟੇ ਵੀ ਬੈਠੇ ਵਿਚਾਰ ਕਰਦੇ ਆਉਂਦੇ ਸੀ ਸਵੇਰ ਦੇ ਵੇਲੇ ਤੋਂ, ਸਰਦਾਰ ਦਲਜੀਤ ਸਿੰਘ ਦੀ ਚੀਮਾ, ਸਰਦਾਰ ਪ੍ਰੇਮ ਸਿੰਘ ਦੀ ਚੰਦੂ ਮਾਜਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਮੈਂਬਰ ਸਾਹਿਬਾਨ ਉਹ ਸਾਰੇ ਸਵੇਰ ਦੇ ਨਾਲ ਸੀ, ਉਹ ਅਸੀਂ ਅੱਜ ਅਕਾਲ ਤਖ਼ਤ ਤੇ ਜਾ ਕੇ ਅਰਦਾਸ ਕਰਾਂਗੇ। ਉਹ ਤੋਂ ਬਾਅਦ ਫਿਰ ਸਾਰਾ ਬੈਠ ਕੇ ਫਿਰ ਸਲਾਹ ਮਸ਼ਵਰਾ ਕਰਕੇ ਛੇਤੀਓ ਅਗਲਾ ਪ੍ਰੋਗਰਾਮ ਜਿਹੜਾ ਰਿਵਿਊ ਪਟੀਸ਼ਨ ਸਾਡੀ ਤਿਆਰ ਆ, ਉਹ ਵਕੀਲਾਂ ਨਾਲ ਮਸ਼ਵਰੇ ਸਾਡੇ ਜਾਰੀ ਆ, ਉਹ ਪਾਵਾਂਗੇ। ਚਲੋ ਇਹ ਪਹਿਲਾਂ ਵੀ ਸੇਵਾ ਕਰਨ ਵਾਲੇ ਸੀਗੇ, ਅੱਜ ਤੋਂ 102 ਸਾਲ ਪਹਿਲਾਂ ਮੈਂ ਦਾਦੂਵਾਲ ਸਾਹਿਬ ਨੂੰ ਬੇਨਤੀ ਕਰਦਾ, ਉੱਥੇ ਕੋਈ ਹੋਰ ਸੈਕਟ ਕਰਦਾ ਸੀ ਸੇਵਾ, ਤਦ ਵੀ ਤਾਂ ਗੁਰੂ ਦੇ ਸਿੱਖ, ਅੱਜ ਵੀ 11 ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਮੈਂਬਰ ਆ, ਅੱਜ ਵੀ ਉਹਨਾਂ ਗੁਰਦੁਆਰਿਆਂ ਦੇ ਵਿੱਚ ਪ੍ਰਬੰਧ ਤਾਂ ਉਹੀ ਆ ਜਿਹੜਾ ਪ੍ਰਬੰਧ ਸਾਡੇ ਵੇਲੇ ਦਾ ਚੱਲਦਾ, ਉਹੀ ਪ੍ਰਬੰਧ ਆ ਨਾ, ਉਹਦੇ ਵਿੱਚ ਕੋਈ ਸਿੱਖਾਂ ਦਾ ਅਸੀਂ ਤਾਂ ਚਾਹੁੰਦੇ ਵੀ ਨਹੀਂ ਟਕਰਾਅ ਕਰੀਏ। ਪਰ ਤੁਸੀਂ ਇੱਕ ਕਹਿ ਲਓ ਵੀ ਹਰਿਆਣੇ ਦੇ ਵਿੱਚ ਇੱਕ ਪ੍ਰਧਾਨ, ਦੋ ਪ੍ਰਧਾਨ, ਤਿੰਨ ਤੇ ਚੌਥਾ ਇਹ ਕੋਰਟ 'ਚ ਚਲੇ ਗਿਆ, ਲੀਰੋ ਲੀਰ ਕਰਨਗੇ, ਸਿੱਖ ਨੇ ਅਕਾਲ ਤਖ਼ਤ 'ਤੇ ਆਉਂਦਾ ਆਪਣੀ ਦੁੱਖੜਾ ਲੈ ਕੇ, ਸਿੱਖਾਂ ਦੇ ਵਿੱਚ ਵਿਤਕਰਾ ਹੁੰਦਾ, ਝਗੜੇ ਹੁੰਦੇ ਅਕਾਲ ਤਖ਼ਤ 'ਤੇ ਆਉਂਦੇ, ਅਤੇ ਉਹ ਹੁਣ ਅਕਾਲ ਤਖ਼ਤ ਦੀ ਬਜਾਏ ਉੱਥੇ ਖੱਟੜ ਸਾਹਿਬ ਝਗੜੇ ਮਕਾਉਣਗੇ। ਇਹ ਸਿੱਖ ਦਾ ਕਦੇ ਵੀ ਕੰਸੈਪਟ ਨਹੀਂ, ਕਦੇ ਸਿਧਾਂਤ ਨਹੀਂ ਰਿਹਾ, ਇਹ ਤਾਂ ਕੁਦਰਤੀ ਮੈਂ ਕਹਿੰਦਾ ਪਰਮੇਸ਼ਰ ਨੇ ਇੱਕ ਵਿਧੀ ਐਸੀ ਬਣਾਈ ਕਿ ਜਿਹੜੀਆਂ ਪੁਰਾਣੀਆਂ ਰਵਾਇਤਾਂ ਸੀ ਸਾਡੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ, ਅੱਜ ਉਸ ਤਰਜ ਦੇ ਉੱਤੇ ਸਿੱਖ ਸਾਰੇ ਪੰਜਾਬ ਦੇ ਵਿੱਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆ ਕੇ ਸਮਰਪਿਤ ਹੋ ਰਹੇ। ਆਹ ਪਿੱਛੇ ਤੁਹਾਡਾ ਜਿੱਥੋਂ ਆਪਾਂ ਏਅਰਪੋਰਟ ਨੂੰ ਸੜਕ ਮੋੜਦੀ ਆ ਉੱਥੇ ਬੈਰੀਅਰ ਲਾ ਦਿੱਤੇ ਸਾਰੇ, ਅਸੀਂ ਆਪਣਾ ਯਤਨ ਕਰਦੇ ਰਹੇ ਹਾਂ।
सो हरजिंदर सिंह धामी एडवोकेट धामी ने जो अपना बयान दसिया कि किस तरीके नाल काफला तुरिया ते इस काफले तो किते ना किते सेंटर सरकार दे कंध खुलणगे ते सेंटर सरकार तक साडी गल भी जाएगी। वीडियो जल सिक्ख्या दे नाल हरमीत सिंह जगबानी टीवी अमृतसर।